महाराणी जिंदा दा की योगदान सीगा सिख कौम दे विच। लड़ाई वाली गल ना करो, जिद ना मेरे पुत दा व्याह ना मोती पुन दा कीते होणे ने स्वागत नवा व्लॉग शुरू किया वा। शुरू तो बड़े चिर दा किया वा, खत्म भी बड़े चिर दा किया नहीं आ, खत्म हुणे किया वा पर बनाया चिर दा ही आ, दो चार पंज दिन हो गए। ठीक है, अज स्टार्टिंग एंडिंग कीती है इहदी। व्लॉग लास्ट तक जरूर देखियो, तुहानू बहुत कुछ दस्या मैं, कुछ चीज़ां बारे दस्या, किताबां बारे दस्या, तुहानू नॉलेज इकट्ठी करनी चाहीदी है। जिहड़ियां चीज़ां मैं तुहानू दस्सियां उह चीज़ां नू सुणियो, लास्ट तक सारा व्लॉग देखियो, विच बड़ा कुछ दस्या वा। ते बाकी विआह लई बड़ा धक्का कर रहे मेरे नाल। ठीक है, ते बाकी चलो व्लॉग वेखण तां लग जूगा पता, व्लॉग पावांगे। ते ਵਲੌਗ ਵੇਖਣ ਤੋਂ ਪਹਿਲਾਂ ਸਾਰੇ ਜਣੇ ਕਮੈਂਟ ਕਰ ਦਿਓ, 1000 ਕਮੈਂਟ ਕਰਨਾ ਵਾ। ਠੀਕ ਆ, ਪਿੱਛੇ ਜਿਹੜਾ ਮੈਂ ਬਰਗਰ ਵਾਲਾ ਵਲੌਗ ਪਾਇਆ ਸੀ ਨਾ ਉਹਨੂੰ ਹੋ ਗਿਆ 1100 ਕਮੈਂਟ ਹੋ ਗਿਆ ਉਹਨੂੰ। ਸੋ ਬਾਬਿਓ ਸਾਰੇ ਜਣੇ ਕਮੈਂਟ ਜ਼ਰੂਰ ਕਰਿਆ ਕਰੋ, ABC ਲਿਖ ਦਿਆ ਕਰੋ, ਉਰੈਡਾ ਲਿਖ ਦਿਆ ਕਰੋ, ਇੱਕ ਇੱਕ ਮੋਜੀ ਭੇਜ ਦਿਆ ਕਰੋ, 20-20 25-25 30-30 ਕਮੈਂਟ ਕਰ ਦਿਆ ਕਰੋ ਹਰ ਵਲੌਗ 'ਤੇ ਬਿਨਾਂ ਕਹੇ। 1000 ਕਮੈਂਟ ਹੋ ਜਾ ਕਰੇ ਕੀ ਲੱਗਾ, ਵਧੀਆ ਲੱਗਦਾ ਮੈਨੂੰ। ਠੀਕ ਹੈ, ਸੋ ਕਰਿਆ ਕਰੋ ਕਮੈਂਟ, ਵਧੀਆ ਹੁੰਦੇ ਕਮੈਂਟ ਕਰਨੇ। ਠੀਕ ਆ, ਬੰਦੇ ਨੂੰ ਮੋਟੀਵੇਸ਼ਨ ਜੀ ਮਿਲਦੀ ਯਾਰ, ਕਮੈਂਟ ਉਹ ਮੂੰਹ ਭਰਦਾ ਇੰਨਾ ਕਮੈਂਟ ਕਰ ਦਿਓ ਕਮੈਂਟ। ਬਾਕੀ ਦੇਖੋ ਵਲੌਗ ਵਧੀਆ ਲੱਗਾ ਤੇ ਚੈਨਲ ਵੀ ਸਬਸਕ੍ਰਾਈਬ ਕਰ ਦਿਓ, ਤੇ ਕਮੈਂਟ 400-500 ਫਾਲਤੂ ਕਰ ਦਿਓ। ਫਿਰ ਦੇਖੋ ਵਲੌਗ ਉਹ ਸੁਣ ਗਿਆ ਇਹਦੇ ਵਿੱਚ, ਤੁਸੀਂ ਸੁਣਿਆ ਨਾ ਤੁਸੀਂ ਭਾਈ ਨੂੰ ਨੇ ਕੀ ਕਿਹਾ ਕਿ ਥੋੜੀਆਂ ਚੰਗੀਆਂ ਗੱਲਾਂ ਕਰ ਲਈਏ। ਲਓ ਵੀ ਭਾਜੀ ਹੁਣੀ ਅੱਜ ਆਏ ਕਾਫੀ ਟਾਈਮ ਬਾਅਦ, ਭਾਜੀ ਤੁਹਾਨੂੰ 2 ਸਾਲ ਹੋ ਗਏ, ਤੁਹਾਨੂੰ ਮਾੜਾ ਮੋਟਾ ਵੀ ਰਿਗਰੈਟ ਹੈ ਭਾਜੀ? ਬਰਥਡੇ ਤੋਂ ਬਾਅਦ ਨਹੀਂ, ਆ ਪਿਛਲੇ ਬੁੱਧਵਾਰ ਚਪਹਿਰਾ ਕੱਟਣ ਜਦੋਂ ਆਏ ਫੋਨ ਕੀਤਾ ਕਦੋਂ ਸੀਗਾ ਬੰਦੇ ਫਸ ਗਏ ਨਾ ਹੁਣ। ਚਲੋ ਠੀਕ ਆ, ਉਧਰ ਮੂੰਹ ਰੱਖਿਆ ਭਾਈ, ਕਦੋਂ ਸੀ ਬਰਥਡੇ? ਉਹ ਹੁਣ ਨਾਲ ਹੀ ਗੱਲ ਬਣਾ ਲਈ ਯਾਰ। ਬਰਥਡੇ ਮੇਰਾ 9 ਤਰੀਕ ਨੂੰ ਪਾਰਟੀ ਹੈ ਬਾਈ। ਕਿੱਥੇ ਕੀਤੀ ਪਾਰਟੀ ਤੁਸੀਂ? ਕੀ ਨਾਮ ਹੈ ਇਹਦਾ? ਲਿਕਵਿਡ ਰੂਮ। ਕਿੱਥੇ? ਯਾਰ ਚੌਥੇ ਦਿੱਤੀ। ਤੁਹਾਡੇ ਚਰਨਾਂ ਚ ਭਾਜੀ, ਮੈਂ ਆਉਂਦੇ ਸਰ ਦੱਸਿਆ ਹਨਾ, ਆਹ ਬੜੀ ਆਹ ਬੜੀ ਸਾਰੀ ਆਪਣੀ ਜਿਲ ਮੈਂ ਇੱਧਰ ਆਉਣਾ। ਕਹਿੰਦੇ ਮੈਂ ਕਿਹਾ ਯਾਰ ਕਿੱਥੇ ਰਹਿੰਦੇ ਅੱਜ ਕੱਲ੍ਹ? ਕਹਿੰਦੇ ਯਾਰ ਆਹੀ ਆਪਣੀ ਜੇਲ੍ਹ, ਅੱਜ ਕੱਲ੍ਹ ਆਪਾਂ ਇੱਥੇ ਵਸੇ ਹਾਂ। ਐਸੀ ਚਾਰ ਦੀਵਾਰੀ ਦੇ ਵਿੱਚ ਸਾਡਾ ਸਾਰਾ ਕਮਰਾ, ਕੈਦ ਖਾਨਾ ਜੋ ਮਰਜ਼ੀ ਕਹਿ ਲਓ, ਇੱਥੇ ਹੀ ਆ। ਇੱਥੇ ਜਾਗਣਾ ਮੁੱਤਰ, ਨਹੀਂ ਕਿਤਾਬਾਂ ਪੜ੍ਹਨੀ ਸੀ, ਮਹਿੰਗੀਆਂ ਚੀਜ਼ਾਂ ਕਿੱਥੇ ਗਈਆਂ? ਆਹ ਵੇਖ ਲਓ ਵੀਡੀਓ ਬਣਨ ਡੀ ਆ, ਮਿੱਟੀ ਹੋ ਚੱਲੀ ਸੀਗੀ, ਇਹ ਹੋ ਜਾਣੀ ਆ ਮਿੱਟੀ। ਠੀਕ ਆ, ਇਹ ਭਾਜੀ ਕਿਹੜੀ ਸੀਗੀ ਮੈਨੂੰ ਚੇਤਾ ਭੁੱਲ ਗਿਆ, ਅਲਟਰਾ 2 ਗੱਡੀ ਕਿਹੜੀ? ਅਲਟਰਾ 2 ਕਹਿਣਾ ਹੋਰ ਕੀ, 2 ਹੀ ਹੈ ਅਲਟਰਾ 2 ਹੈ ਜਿਹੜੀ ਹੁਣ ਜੇ ਨਵੀਂ ਆਈ ਮਹਿੰਗੀ ਵਾਲੀ, ਸਭ ਤੋਂ ਮਹਿੰਗੀ ਵਾਲੀ ਜਿਹੜੀ 90 ਦੀ ਆ ਸੀ। 15 ਪ੍ਰੋ ਮੈਕਸ, ਇਹ 15 ਪ੍ਰੋ ਮੈਕਸ 1 ਟੀਵੀ 2,20,000 ਦਾ ਨਹੀਂ ਆ, 2,00,000 ਦਾ ਫੋਨ ਆ, 20 ਅੱਜ ਕੱਲ ਹੀ ਇੰਸ਼ੋਰੈਂਸ ਲਈ ਨਾਲ ਦੱਸਣਾ ਹੁੰਦਾ ਮੈਂ। ਹਾਂ ਭਾਈ ਨੂੰ ਪਤਾ, ਭਾਈ ਕਿਹੜਾ ਕਿਹਨੇ ਤੋਲਾ ਦਾ ਇਹ 6 ਨਵਾਂ ਰੰਗ ਨਾਲ ਮੁਗੋਦਾ 3 6 3 ਕੁਛ ਕ ਇਧਰ ਉਧਰ ਵੀ ਪਿਆ 2 ਕੁਛ ਇਧਰ ਉਧਰ ਵੀ ਪਿਆ ਨਹੀਂ ਨਹੀਂ ਦੇਖਣਾ ਨੀਗਾ, ਘਰ ਦੇ ਵੀ ਲੋਕ ਦੇਖਦੇ ਆ। ਮੇਨ ਜਿਹੜੀ ਚੀਜ਼ ਆ ਇਹ ਨੇ, ਇਹ ਭਾਜੀ ਇਹ ਨੇ ਬੁੱਕ ਪਬਲਿਕ ਕਰਾਉਣ ਆਏ ਆ। ਹਾਂ ਨਵੀਂ ਬੁੱਕ ਹੈ ਯਾਰ, ਭਾਈ ਰਾਈਟਰ ਨੇ ਨਾ ਉੱਤੋਂ ਆ ਕੇ ਤੇਰੇ ਚ ਬੇੜਾ ਮਾਰ ਲਿਆ।
ਮੈਂ ਤੇ ਕਦੋਂ ਦੀ ਚਾਬੀ ਆ ਅੰਕਲ ਨੇ ਆਉਣਾ ਸੁਪਨੇ ਆ ਜਾਣਾ ਤੇਰੇ ਛੱਡਣੀ ਆ ਚਪੇੜਾ ਮੇਰੇ ਚਪੇੜਾ ਮਾਰੀਆ ਮੇਰੀ ਚੈਨ ਵੀ ਲਾ ਉਧਰ ਕੈਮਰਾ ਰੱਖੀ ਉਧਰ ਕੈਮਰਾ ਰੱਖੀ ਕੈਮਰਾ ਤੇ ਯਾਰ ਰੱਖੋ ਆ ਕਿਹੜੀ ਚਪੇੜਾ ਚਾਬੀ ਨਾ ਤੇਰੇ ਚਪੇੜਾ ਡਬਲ ਟੀਮ ਹੋਣਾ ਨਾ ਡਬਲ ਟੀਮ ਮੈਂ ਬਣਾ ਲਈ ਵੀਡੀਓ ਮਾੜੀ ਜਦੋਂ ਨਹੀਂ ਨਹੀਂ ਅੱਜ ਮੈਂ ਚੈਸਟ ਲਾ ਗਿਆ ਲੋ ਵੀ ਸਾਰੇ ਜਣੇ ਕਿਤਾਬਾਂ ਪੜਿਆ ਕਰੋ ਇਹ ਵਧੀਆ ਚੀਜ਼ ਆ ਕਿਤਾਬ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਆ ਵਾਲੀ ਤੇ ਇਹ ਵਾਲੀ ਵੀ ਪ੍ਰਨੀਤ ਢਿੱਲੋਂ ਹੋਰ ਕੋਈ ਢਿੱਲੋਂ ਰਹਿ ਗਿਆ ਦਿਲਪ੍ਰੀਤ ਢਿੱਲੋਂ ਉਹ ਤਾਂ ਬਟਾਲੇ ਮਿਲੇ ਸੀ ਬਟਾਲੇ ਨੀ ਮਿਲੇ ਇੱਕ ਵਾਰੀ ਆਪਾਂ ਮਿਲਦੇ ਹਾਂ ਚਲੋ ਸਮਝ ਗਏ ਬਾਕੀ ਚਲੋ ਮੈਂ ਸ਼ੁਰੂ ਕਰਨੀ ਅਜੇ ਬਸ ਕਰੀਏ ਆਪਾਂ ਮੈਂ ਸ਼ੁਰੂ ਕਰਨੀ ਸਾਰੀ ਸ਼ੁਰੂ ਕਰਨੀ ਹੈ ਇਹ ਮੇਨ ਹੈਗੀ ਆ ਵੈਸੇ ਉਹਨਾਂ ਨੂੰ ਕਹਿੰਦੇ ਪੜ੍ਹਨੀ ਚਾਹੀਦੀ ਜਿਹਨਾਂ ਨੇ ਲਿਖਣਾ ਸ਼ੁਰੂ ਕਰਨਾ ਇਹ ਉਹਨਾਂ ਵਾਸਤੇ ਆ ਮੇਨ ਮੇਰਾ ਪਾਕਿਸਤਾਨ ਮੈਂ ਤੇਰਾ ਬੜਾ ਫੈਟ ਫੈਨ ਭਾਈ ਵੀ ਅੱਗੋਂ ਕਹਿ ਰਹਾ ਚੱਕਰ ਕੀ ਆ ਹੋਰ ਕੋਈ ਨੀ ਹੈਗਾ ਬੰਦਾ ਪਰ ਮੈਂ ਕਦੀ ਵੀ ਨੀ ਮੁਕਰਨਾ ਆਉਣ ਵਾਲੇ 10 ਸਾਲ ਬਾਅਦ ਵੀ ਨੀ ਮੁਕਰਨਾ ਬੰਦਾ ਉਸਤਾਦ ਮੇਰਾ ਹੈਗਾ ਵਾ ਤੇ ਹੈਗਾ ਕੱਲ ਜਿਹੜੀ ਯਾਰ ਮੁਰਸ਼ਦ ਯਾਰ ਭਾਈ ਪੰਜਾਬ ਨੀ 2013-14 ਚ ਭਾਈ ਹੋਣੀ ਤੇ ਬਹੁਤ ਪੀਕਦੇ ਸੀ ਮੈਂ ਸਕੂਲੇ ਪੜ੍ਹਦਾ ਜਦੋਂ ਮੈਂ ਉਦੋਂ ਦਾ ਭਾਈ ਪੀਤੇ ਦੇਖਣਾ ਫੇ ਭਾਈ ਦੇ ਗਾਣੇ ਭਾਈ ਮੰਨਦੇ ਨੀ ਹੈਗੇ ਮੈਂ ਆਟੋਗ੍ਰਾਫ ਤੱਕ ਦਿਖਾਇਆ ਭਾਈ ਨੇ ਮੈਨੂੰ ਦਿੱਤਾ ਆਨਲਾਈਨ ਆਟੋਗ੍ਰਾਫ ਭੇਜ ਦਿੰਦੇ ਭਾਜੀ ਤੁਹਾਨੂੰ ਯਾਦ ਵੀ ਨਹੀਂ ਹੋਣਾ ਕਾਪੀ ਸਾਈਨ ਕਰਕੇ ਫੋਟੋ ਖਿੱਚ ਦਿੰਦੇ ਯਾਦ ਮੈਨੂੰ ਤੂੰ ਯਾਦ ਕਰਾਏ ਬਾਅਦ ਮੈਨੂੰ ਮਤਲਬ ਤੁਹਾਨੂੰ ਯਾਦ ਆ ਗਿਆ ਨਾ ਤੁਹਾਨੂੰ ਯਾਦ ਨਹੀਂ ਨਾ ਯਾਦ ਮੈਨੂੰ ਦਿੱਤਾ ਸੀਗਾ ਮੈਂ ਆਟੋਗ੍ਰਾਫ ਵੀ ਲਿਆ ਹੋਇਆ ਭਾਈ ਦਾ ਟਾਈਮ ਪਿਆਰ ਦੀ ਗੱਲ ਆ ਯਾਰ ਸਾਰੀ ਰਿਸਪੈਕਟ ਹੁੰਦੀ ਹੈ ਜਿਹੜੀ ਰਿਸਪੈਕਟ ਹੁੰਦੀ ਹੈ ਇੱਕ ਦੂਜੇ ਦੀ ਹੋਰ ਕੋਈ ਨਹੀਂ ਆ ਭਾਈ ਮੇਰੀ ਬਹੁਤ ਰਿਸਪੈਕਟ ਕਰਦੇ ਆ ਰਿਸਪੈਕਟ ਰਿਸਪੈਕਟ ਬਾਕੀ ਹੁਣ ਮੈਂ ਆਪਣੀ ਬੰਦ ਕਰਕੇ ਕਹਿੰਦਾ ਨਹੀਂ ਵਾਪਸ ਦਿਓ ਜਲੂਸ ਕੱਢੋ ਇਹਦਾ ਪੂਰਾ ਇੱਕ ਵਾਰੀ ਪਤਾ ਲੱਗ ਗਿਆ ਸਾਨੂੰ ਵੀ ਹੈਗੀ ਇਹਨੇ ਕਿਹੜਾ ਲਾਉਣੀ ਹੈ ਯਾਰ ਲੈ ਜਾਓ ਯਾਰ ਲੈ ਜਾਓ ਮੈਂ ਸੁੱਟ ਦੇਣੀ ਨੇ ਹਰਮਨ ਭਾਈ ਨੂੰ ਉਹਨੂੰ ਖਵਾਏ ਕੁੱਤੇ ਵਾਲੇ ਬਿਸਕੁਟ ਯਾਰ ਇਹਨਾਂ ਨੂੰ ਨਾ ਜਦੋਂ ਮੈਂ ਆ ਰਿਹਾ ਇਹਨਾਂ ਨੂੰ ਕੋਈ ਸਜ਼ਾ ਨੀ ਆਈ ਉਹ ਕੈਪਸੂਲ ਚ ਖੋਲ ਕੇ ਦੇਤੇ ਮੈਂ ਬੜਾ ਭੜਕਾ ਗਿਆ ਉਹ ਪਤਾ ਨੀ ਕੋਈ ਹਰੇ ਜਿਹਾ ਰਹੇ ਪੁਦੀਨਾ ਸੀ ਕਦੇ ਪੁਦੀਨਾ ਆ ਮੈਨੂੰ ਸਜ਼ਾ ਨੀ ਦੇਣੀ ਆਈ ਤੁਹਾਨੂੰ ਵਧੀਆ ਉਹਨੇ ਫਿਰ 4-5 ਖਾਦੇ ਸੀ ਨਾ ਆਪਾਂ ਕਰਕੇ ਫਿਰ ਇੱਕ ਇੱਕ ਖਾਦਾ ਨਹੀਂ ਮੇਰੇ ਹਿਸਾਬ ਨਾਲ ਜਿੱਤ ਗਏ ਸੀ ਕਿਉਂਕਿ ਲਾਸਟ ਤੇ ਮੈਂ ਤੇ ਇਹ ਭਾਈ ਰਹਿ ਗਏ ਸੀਗੇ ਤੇ ਮੈਨੂੰ ਜੀ ਸਾਰੇ ਮੇਰੇ ਭਾਈ ਤੇ ਬਚ ਗਿਆ ਸੀ ਜਿੱਤ ਗਏ ਸੀ ਭਾਈ ਪਗਾਟਾ ਕਰਾਇਆ ਸੀਗਾ ਤੇ ਉਦੋਂ ਭਾਈ ਜਿੱਤ ਗਿਆ ਸੀ ਇਹੀ ਸੀਗਾ ਮੈਨੂੰ ਲਿਆ ਦਾ ਆ ਮੇਰੇ ਚੈਨਲ ਤੇ ਮੈਨੂੰ ਵੀ ਸ਼ੋਅ ਹੋਣ ਡਿਆ ਸੀਗਾ ਉਹ ਤੁਸੀਂ ਰੁਕ ਜਾਓ ਮੈਂ ਤੁਹਾਨੂੰ ਕਹਿਣ ਦਿਆਂ ਵਾ ਰੁਕ ਜਾਓ ਨਹੀਂ ਯਾਰ ਚਲੋ ਬੋਲੋ ਬੜਾ ਜ਼ਰੂਰੀ ਕੰਮ ਹੋ ਫੇਰ ਬਣਾਵਾਂਗੇ ਨਹੀਂ ਉਹ ਬਣਾ ਲੈ ਕੇ ਹੋ ਤੇ ਨਾਵਾਂਗੇ ਬੜਾ ਜ਼ਰੂਰੀ ਕੰਮ ਅੱਜ ਕੱਲ੍ਹ ਹੁਣ ਗੇਮ ਵੀ ਆਪਾਂ ਵਰਜੇ ਰੱਖੀ ਆ ਉਦੋਂ ਨਿਆਣੇ ਜਿਹੇ ਨਹੀਂ ਯਾਰ ਦਾੜੀਆਂ ਹੋਈਆਂ ਆਪਣੀਆਂ ਮੇਰੇ ਵਿਆਹ ਤੋਂ ਪਹਿਲਾਂ ਦੀਆਂ ਵਾ ਹਾਂ ਇਹ ਗਾਂ ਕੱਢ ਛੱਡ ਕੱਢ ਛੱਡ ਕੱਢ ਛੱਡ
ਓਏ ਵੀਰਾਂ ਮੁਰੀ ਆ ਗਿਆ ਇਹ ਭਾਈ ਤੁਸੀਂ ਇਹ ਭਾਈ ਤੁਸੀਂ ਹਾਂਜੀ ਹਾਂਜੀ ਭਾਜੀ ਇਹ ਜਦੋਂ ਆਪਾਂ ਜੀਡੀ ਖੇਡੀ ਆ ਜੀ ਜੀ ਖੇਡੀ ਇਹ ਸਵੇਰ ਹੋ ਗਈ ਮੇਰੇ ਘਰ ਸਵੇਰ ਹੋ ਗਈ ਆਪਾਂ ਰਾਤ ਨੂੰ ਹੀ ਰਾਤ ਨੂੰ ਹੀ ਗਏ ਕਮਰੇ ਵਾਲਾ ਕਿੱਥੇ ਆ ਰਿਹਾ ਰੁਕੋ ਰੁਕੋ ਇੱਥੇ ਰੁਕੋ ਨਹੀਂ ਯਾਰ ਹੈ ਹੀ ਨਹੀਂ ਲੱਗਦਾ ਇੱਥੇ ਮੇਰੇ ਖਿਆਲ ਨਾਲ ਦੋ ਵਲੌਗ ਨਹੀਂ ਹੈ ਕਿ ਇੱਕੋ ਹੀ ਇੱਕ ਗੇਮਿੰਗ ਵਾਲਾ ਸੀ ਦੋ ਹੀ ਗਏ ਵੱਖਰੇ ਵੱਖਰੇ ਹਾਂ ਇੱਕ ਗੇਮਿੰਗ ਵਾਲਾ ਸੀ ਕਿੱਥੇ ਗਿਆ ਉਹ ਬਿਸਕੁਟ ਯਾਰ ਬਿਸਕੁਟ ਖਵਾਤਾ ਕਿੱਥੇ ਵਾਲਾ ਨੇ ਇੱਥੇ ਹੀ ਜਿੱਥੇ ਕੀ ਖਾਣੇ ਪੂਰੇ ਨਗਾਉਣੇ ਨੀ ਜਿੱਦਾਂ ਰਾਤ ਦੋ ਤਿੰਨ ਵਜੇ ਪੱਗਾਂ ਵੇ ਬੰਨੀਆਂ ਭਾਈ ਓਏ 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 ਕੁੱਤੇ ਕੁੱਤੇ ਨੂੰ ਬਿਸਕੁਟ ਆ ਵਿੱਚ ਓਏ ਚੂਤ ਚੱਲ ਓਏ ਯਾਰ ਬਣਿਆ ਵੀ ਹੱਡੀ ਵਾਲੇ ਸਟਾਈਲ ਤੇ ਹੱਡੀ ਵਾਲੇ ਸਟਾਈਲ ਤੇ ਹੀ ਖਵਾ ਕੇ ਭਾਈ ਨੂੰ ਕਹਿਣਾ ਭਾਈ ਕਹੋ ਬਹੁ ਬਹੁ ਮੈਂ ਚਿਕਨ ਸੀਗਾ ਸੀਗਾ ਇੱਕ ਦੂਜੇ ਨੂੰ ਵੇਖਣ 2021 ਜੂਨ ਦੀ ਆ ਢਾਈ ਸਾਲ ਹੀ ਹੋ ਗਏ ਫਿਰ ਤੇ ਸਵਾ ਸਾਲ ਹੋ ਗਏ ਦੋ ਸਾਲ ਹੋ ਗਏ ਪੌਣੇ ਤਿੰਨ ਸਾਲ ਹੋ ਗਏ ਫਿਰ ਚਾਰ ਸਾਲ ਤੋਂ ਥੋੜਾ ਘੱਟ ਹੋ ਗਿਆ ਦਿਲ ਕਿਹੜਾ ਹੈਲੋ ਹਾਂਜੀ ਹਾਂਜੀ ਕੈਮਰੇ ਕੈਮਰੇ ਓਨ ਹੋ ਗਏ ਆ ਠੀਕ ਆ ਪਰ ਇਹ 15 ਪ੍ਰੋ ਮੈਕਸ ਆ ਠੀਕ ਆ ਸ਼ੋ ਸ਼ੋ ਬਾਈ ਸ਼ੋ ਦੀ ਹਾਰਡ ਵਰਕ ਹੈ ਹਾਰਡ ਵਰਕ ਹੈ ਤੇ ਲੋਈ ਭਾਜੀ ਹੁਣੀ ਚੱਲੇ ਆ ਚਲੋ ਭਾਜੀ ਚੱਲੇ ਆ ਆਪਾਂ ਹੁਣ ਭਾਜੀ ਨੂੰ ਮਿਲਣਾ ਵਾ ਅਗਲੇ ਵੀਰਵਾਰ ਨੂੰ ਨਾਲ ਹੀ ਲੈ ਆਉਣਾ ਜਲੰਧਰ ਘੁਮਾਉਣਾ ਨਾਲੇ ਚਲੋ ਠੀਕ ਆ ਭਾਜੀ ਤੁਸੀਂ ਕਦੋਂ ਜਾਣਾ ਵਾਪਸ ਕਹਿੰਦਾ ਬੈਕ ਕੈਮਰਾ ਵੀ ਕਰ ਲਈ ਹੈਪੀ ਬਰਥਡੇ ਹੈਪੀ ਬਰਥਡੇ ਓਏ ਬਵਾਦ ਹੁੰਦੀ ਫੜ ਫੜ ਭਾਈ ਫੋਟ ਦਿਖਾਓ ਹਾਂ ਦਿਖਾਓ ਇੱਕ ਹੋਈ ਆ ਤੇਰੀ ਗਲਾ ਲੈ ਹੈਪੀ ਬਰਥਡੇ ਓਏ ਆੜੂ ਖੜਾ ਲੈ ਆਏ ਆ ਓਏ ਉੱਧਰ ਉੱਧਰ ਦੀ ਓਏ ਬਿਸਕਟ ਬੋਸਕਟ ਚੱਕ ਲੈ ਭਾਈ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਮਾਈ ਜਲਦੀ ਆ ਜਾ ਮਾਈ ਨਾ ਪਟਾਕੇ ਬੰਦ ਹੋ ਗਏ ਯਾਰ ਕੰਮ ਨਬੇੜ ਵੀ ਦੋ ਹੁਣ ਛੇਤੀ ਛੇਤੀ ਓ ਯਾਰ ਇੱਕ ਤਾਂ ਤੁਸੀਂ ਅੰਨ ਦੀ ਕਦਰ ਨੀ ਕਰਦੇ ਸਾਰੇ ਜਾਣੇ ਇੱਕ ਜਾਮਾ ਧੋਣ ਵਾਸਤੇ ਰਾਜੇ
बंदे वेख लगे ओए टायर नवे दे टायर नवे दे किदा कैम आ तेन कहन डे को मैं जिदन वीजा ला के आजूगा ना दिखा जे मेनू आप नहीं पता है मैं सोचा डा होना ठंडे मुल्क जावा मेरे भी दो सूट पे करना पाए जलो तक गोडे पूरी चंगी तरह बंद हो जाए उस पे पे हो जाए कि चाह पी ला रोटी खा ला कि भी पा वा दस कि पा नी चौथी जो हाडिया ना आ बेचारी प्रीति सारा कर दी मैं सोच विचार किया चढ़ते सियाल तेन मैं सियाल च पिंडा वाल व्याह जाना मैं उथे चुन्नी चढ़ा के नाल ही ले आउनी एक मैं व्याह करवाउण नूं मैं तैयार हां पर मेरी इको एक शर्त आ केड़ी ठीक है इको एक शर्त आ कुड़ी होवे साडे पिंडा वाल दी दूसरा कुड़ी मतलब की तुम अपना सौके नहीं नहीं बाकी मेनो सोहनी ना सुनखी ना सीरत वधिया होवे ओदी ऐ गुरबाणी सुनदी होवे सोहनी कुड़ी ल्याउणी ठीक है पाठ करदी होवे मेरे ना चपेरा कट्टन जाया करे मेनू आ ना क्या करे बा गल कीती तेरे पुत्त ने सोहनी मैं गल्लां सोहनियां करना हुण किताबां पढ़नियां हुण ठीक है मैं किताबां पढ़ियां तुसीं मैं जांदा सब तों पहलो गुरदुआरे उत्ते जाके तुहानूं तुहानूं किताबां पढ़िया करो ते इह मेन जिहड़ी चीज़ आ ना चपेरा कटन जाना दोनों कपल ने हां भी आपां पाठ करना ही है ये नागा नहीं पाउणा
ਠੀਕ ਹੈ ਡਿਨਰ ਦਾ ਨਾਗਾ ਪੈ ਜਾਵੇ ਤੇ ਪੈ ਜਾਵੇ ਠੀਕ ਹੈ ਇੱਕ ਉਹਨੂੰ ਸਮਝਾ ਦੇਣਾ ਵਾ ਕਿ ਸਾਡੇ ਘਰ ਦੀਆਂ ਔਰਤਾਂ 8 ਵਜੇ ਤੋਂ ਬਾਹਰ ਘਰੋਂ ਬਾਹਰ ਨਹੀਂ ਜਾਂਦੀਆਂ ਨਹੀਂ 6 ਵਜੇ ਤੋਂ ਬਾਅਦ ਹੀ ਪਾਪਾ ਨਹੀਂ ਜਾਣ ਦਿੰਦੇ ਉਹ ਤਾਂ ਸਰਦੀਆਂ ਦਾ ਟਾਈਮ ਹੈ ਨਾ ਗਰਮੀਆਂ ਦਾ ਟਾਈਮ ਵੀ ਐਡਜਸਟ ਕਰਨਾ ਹੈ ਨਾ ਨਹੀਂ ਕਰਨਾ ਠੀਕ ਹੈ ਤੇ ਆਪਾਂ 8 ਵਜੇ ਤੋਂ ਪਹਿਲਾਂ ਘਰੇ ਆਉਣਾ ਵਾ ਤੁਹਾਡੇ ਪਾਪਾ ਕੈਮਰੇ 'ਚ ਹੀ ਵੇਖਦੇ ਰਹਿੰਦੇ ਆਹੋ 8 ਵਜੇ ਤੱਕ ਤੁਹਾਡਾ ਯਾਮਾ ਤੁਹਾਡੀ ਗੱਡੀ ਗੇਟ ਦੇ ਅੰਦਰ ਹੋਣੀ ਚਾਹੀਦੀ ਹੈ ਸਵੇਰੇ ਜਿੱਥੇ ਮਰਜ਼ੀ ਜਾਓ ਠੀਕ ਹੈ ਤੇ ਦੂਸਰਾ ਗਗਨ ਸਾਡਾ ਹੁਣ ਛੇਤੀ ਉੱਠਦਾ ਵਾ ਠੀਕ ਹੈ ਤੇ ਤੁਸੀਂ ਭੈਣ ਜੀ ਉਹਦੇ ਤੋਂ 1 ਘੰਟਾ ਪਹਿਲਾਂ ਉੱਠਣਾ ਵਾ ਠੀਕ ਹੈ ਜੇ ਗਗਨ 5 ਵਜੇ ਉੱਠ ਗਿਆ ਤੁਸੀਂ 4 ਵਜੇ ਉੱਠਣਾ ਇੱਕ ਵਾਰੀ ਆਪਣਾ ਨਹਾ ਕੇ ਪਾਠ ਕਰਕੇ ਮੁੜ ਕੇ ਸੋ ਜੇ ਆਈ ਉੱਥੋਂ ਕਿਹੜਾ ਪੇੜੇ ਇੱਥੇ ਲੱਡੂ ਬਣਵਾਏ ਆ ਆਪਾਂ ਉੱਠਣਾ ਤਾਂ ਵੀ ਹੈਗਾ ਵਾ ਠੀਕ ਹੈ ਸਵੇਰੇ ਉੱਠੋ ਗੁਰਦੁਆਰੇ ਮੱਥਾ ਟੇਕ ਕੇ ਆਓ ਮੱਥਾ ਟੇਕ ਕੇ ਆਓ ਮੱਲੇ ਨੂੰ ਪਤਾ ਲੱਗੇ ਕਿ ਦੋ ਕਪਲ ਗਏ ਮੱਥਾ ਟੇਕਣ ਠੀਕ ਹੈ ਸ਼ਾਮ ਨੂੰ ਘਰ ਆਓ ਅੱਛਾ ਤੂੰ ਵੀ ਨਾਲ ਜਾਏਗਾ ਭਾਜੀ ਮੈਂ ਇੱਕ ਚੈੱਕ ਕਰਾ ਲਓ ਹੋ ਗਿਆ ਕੁਝ ਇੰਨੀਆਂ ਸਿਆਣੀਆਂ ਗੱਲਾਂ ਚ ਮੈਂ ਕੱਟਣ ਜਾਂਦਾ ਹਾਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਵਾ ਚੈੱਕ ਚੁੱਕ ਕਰਾਓ ਕੁਝ ਟੱਪਿਆ ਟੁੱਪਿਆ ਤਾਂ ਨਹੀਂ ਰਾਜ ਜਾਂਦੇ ਮਹਾਰਾਣੀ ਜਿੰਦ ਕੌਰ ਪੜੀ ਠੀਕ ਹੈ ਮਹਾਰਾਣੀ ਜਿੰਦਾ ਫੇਰ ਮੈਂ ਪੜੀ ਰਾਣੀ ਤੱਤ ਤੇ ਫੇਰ ਮੈਂ ਹੁਣ ਪੜਨ ਆ ਵਾ ਮੇਰਾ ਦਾਗਿਸਤਾਨ ਇਸ ਤੋਂ ਬਾਅਦ ਮੈਂ ਪੜਨੀ ਆ ਬਾਬੇ ਨਾਨਕ ਦੀ ਸਾਰੀ ਸਮੁੱਚੀ ਜੋ ਕੁਛ ਵੀ ਹੈਗਾ ਹਿਸਟਰੀ ਸਾਰੀ ਪੜਨੀ ਆ ਕਿਤਾਬ ਉਹ ਵੀ ਐਵੇਂ ਨਾ ਮਾਰਿਆ ਕਰ ਜਿਹਦੇ ਨਾਲ ਮੇਰੇ ਪੁੱਤ ਦਾ ਵਿਆਹ ਨਾ ਮੋਤੀ ਪੁੰਨ ਦਾ ਕੀਤੇ ਹੋਣੇ ਉਹਨੇ ਠੀਕ ਆ ਠੀਕ ਆ ਅਗਲੀ ਨੂੰ ਬਸ ਟਾਈਮ ਟੇਬਲ ਆ ਯਾਦ ਹੋਣਾ ਚਾਹੀਦਾ ਕਿ ਅਸੀਂ ਗੁਰਦੁਆਰੇ ਵੀ ਡੇਲੀ ਦੋ ਟਾਈਮ ਜਾਣਾ ਵਾ ਤੇ ਇੱਕ ਹਫਤਾ ਸ਼ਹੀਦਾਂ ਸਾਹਿਬ ਚ ਪਹਿਰਾ ਕੱਟਣ ਜਾਣਾ ਇਹ ਇਹਨੂੰ ਪੱਕਾ ਯਾਦ ਹੋਵੇ ਬਾਕੀ ਡਿਨਰ ਭੁੱਲ ਜਾਵੇ ਤੂੰ ਪੁੱਤ ਅਰਦਾਸ ਕਰਿਆ ਕਰ ਬਾਬੇ ਮੋਰੇ ਜਾ ਕੇ ਸ਼ੋਪਿੰਗ ਕਰਨੀ ਭੁੱਲ ਜਾਵੇ ਸੂਟ ਮੈਂ ਵਾਧੂ ਬਣਾ ਦੂੰ ਸੂਟਾਂ ਦੀ ਨਾ ਟੈਨਸ਼ਨ ਲੈ ਮੈਂ ਢੇਰ ਲਾ ਦੂੰਗਾ ਪਰ ਮੈਨੂੰ ਚੇਤੇ ਕਦੀ ਕਹੂਗੀ ਨਹੀਂ ਕਿ ਮੈਂ ਸੂਟ ਬਣਾਉਣਾ ਮੈਂ ਤਾਂ ਕਦੀ ਮੌਕਾ ਹੀ ਨਹੀਂ ਦਿੱਤਾ ਮੈਨੂੰ ਬਸ ਦਿੱਤੇ ਆ ਕਰਾਉਣਾ ਵਾ ਕਿ ਹਾਂ ਵੀ ਸੁਣਦੇ ਹੋ ਮੈਨੂੰ ਵੀ ਰੋਟੀ ਰੋਟੀ ਟਾਈਮ ਨਾਲ ਦੇ ਰਿਆ ਕਰੇ ਮੇਰਾ ਵੀ ਥੋੜਾ ਬਹੁਤ ਸੋਚ ਆਪਾਂ ਚਪੈਰਾ ਕੱਟਣ ਜਾਣਾ ਵਾ ਠੀਕ ਹੈ ਬਾਕੀ ਦਾਲ ਸਬਜ਼ੀ ਰੋਟੀ ਪਾਣੀ ਤੇ ਤੁਸੀਂ ਆ ਵੇਖ ਲਿਓ ਨਾ ਵੀ ਆਉਂਦਾ ਹੋਊਗਾ ਆਪਾਂ ਨੂੰ ਰੋਟੀ ਪਾਣੀ ਤਾਂ ਨਹੀਂ ਆਉਂਦੀ ਠੀਕ ਹੈ ਬਸ ਥੋੜੀ ਸਿਆਣੀ ਹੋਵੇ ਠੀਕ ਹੈ ਇਹ ਆਪਣੀ ਸ਼ਰਤ ਆ ਜਦੋਂ ਤੁਹਾਨੂੰ ਇਹੋ ਜਿਹੀ ਤੁਹਾਡੇ ਹਿਸਾਬ ਨਾਲ ਰੱਬ ਵੀ ਉਦਨ ਮੈਂ ਅੱਖਾਂ ਬੰਦ ਕਰਕੇ ਜਿੱਥੇ ਕਹਿਣਗੇ ਉੱਥੇ ਜਾਂ ਤੇਰੀ ਮਿਲਦੀ ਆ ਮੈਂ ਇੱਕ ਹੀ ਲੱਭੂੰਗੀ ਕਿ ਚਪੈਰਾ ਕੱਟਣ ਜਾਂਦੀ ਹੋਵੇ ਯਾਰ ਬਾ ਇੰਨਾ ਉਹਨੂੰ ਪਹਿਲਾਂ ਹੀ ਗੁਰੂ ਘਰ ਨਾਲ ਪਿਆਰ ਹੋਵੇ ਠੀਕ ਹੈ ਹਾਂ ਬਾ ਉਹਨੂੰ ਬਸ ਇੰਨਾ ਹੋਵੇ ਕਿ ਫੇਰ ਬਾਕੀ ਗੱਲਾਂ ਬਾਕੀ ਸਾਰਾ ਕੁਝ ਆ ਗੁਰੂ ਮਾਤਾ ਆਪੀ ਪਾ ਦਿੰਦਾ ਇਹ ਬਸ ਲੱਭ ਲੈਣੀ ਆ ਬਾਕੀ ਹੋ ਗਿਆ ਸੋਹਣਾ ਹੋ ਜਾਣਾ ਬਾਕੀ ਸਾਰਾ ਕੁਝ ਬਸ ਇਹ ਜਿੱਦਾਂ ਲੱਭ ਗਈ ਉਧਰ ਮੈਨੂੰ ਦੱਸ ਦਿਓ ਲੱਭਣੀ ਨਹੀਂ ਪੁੱਤ ਬਾਬੇ ਨੇ ਲੱਭੀ ਹੀ ਹੋਣੀ ਆ ਬਾਬੇ ਨੇ ਆਪੀ ਦੇ ਦੇਣੀ ਮੈਂ ਨਾ ਕੋਈ ਫੋਟੋ ਤੂੰ ਆਪਣਾ ਚਪੈਰਾ ਕੱਟਣ ਜਾਇਆ ਕਰ ਨਾ ਮੈਂ ਫੋਟੋ ਵੇਖਣੀ ਨਾ ਕੋਈ ਚੱਕਰ ਜਿੱਥੇ ਕਹਿ ਦੋ ਉੱਥੇ ਜਿੰਨੀਆਂ ਹੋਰ ਐਮੀ ਵੀਰ ਦਾ ਹਿਸਾਬ ਹੋ ਜੇ ਕਿ ਨਾ ਰੰਗ ਤੇ ਦੋ ਹੀ ਹੁੰਦੇ ਇੱਕ ਚਿੱਟਾ ਤੇ ਇੱਕ ਕਾਲਾ ਤੇਰੀ ਗੱਲ ਸੁਣ ਤੇਰੀ ਗੱਲ ਸੁਣ ਜਿਹੜੀਆਂ ਮੈਂ ਤੈਨੂੰ ਵੀਡੀਓ ਭੇਜਦੀ ਆ ਸਿਮਰਨ ਵਾਲੀਆਂ ਕਥਾ ਵਾਲੀਆਂ ਸਾਰੀਆਂ ਸੁਣਿਆ ਕਰ ਇਹ ਨਾ ਉੱਥੇ ਟਿਕੋ ਜੇ ਤੇ ਮੈਚ ਦੇਣੀ ਹੋਈ ਜਮਾਂ ਗਗਨ ਨੇ ਵੇਖ ਲਈ ਉਹ ਸੁਣਨੀ ਆ ਇਹ ਵਿਆਹ ਵਾਲਾ ਹਜੇ ਨਹੀਂ ਮੈਂ ਜਨਵਰੀ ਚ ਕਰ ਦੇਣਾ ਮੇਰੇ ਤੇ ਡਾਕਟਰ ਨੇ ਕਿਹਾ ਇਹਦਾ ਗੋਡੇ ਦਾ ਆਪਰੇਸ਼ਨ ਹੋਣਾ ਵਾ ਅੱਛਾ ਉਹਨੇ ਕਿਹਾ ਮੁੰਡਾ ਹੈਗਾ ਤੁਹਾਡੇ ਘਰੇ ਜਵਾਨ ਹੈ ਤੇ ਵਿਆਹ ਕਰ ਲਓ ਪਹਿਲਾਂ ਵਿਆਹ ਕਰ ਲਓ ਜਿਹੜੇ ਵਿਆਹ ਦੇ ਦੋ ਪੱਤੇ ਹੋਏ ਆ ਹਜੇ ਤੱਕ ਉਹ ਕਿਸੇ ਕੰਨੇ ਨੀ ਲੱਗੇ ਬਾਬਾ ਦੀਪ ਸਿੰਘ ਨੇ ਕਰ ਦੇਣੇ ਪੱਤੇ ਨੀ ਨਿਬੜਨ ਡੇ ਕੋਈ ਗੱਲ ਨੀ ਕਿਹੜੀ ਤਰੀਕ ਤੁਹਾਡੀ ਉਹ ਜਿਹੜਾ ਮੇਰਾ ਪਹਿਲਾ ਵਿਆਹ ਨਹੀਂ ਹੋਇਆ ਹੁਣ ਤੂੰ ਜਾਣ ਕੇ ਕੱਢੇਗਾ ਤੇ ਕੱਢੇਗਾ ਉਹ ਤੇਲ ਦਾ ਫਰਕ ਪੈ ਗਿਆ ਜਾਣ ਕੇ ਕੋਈ ਚੀਜ਼ ਨਿਕਲਦੀ ਰਾਜੂ ਦਾ ਜਿਹੜੀ ਚੀਜ਼ ਹੁਣ ਹੈਗੀ ਸਿਰ ਚੋਂ ਜਾਣ ਕੇ ਕੱਢਣੀ ਕਿ ਉਦਾਂ ਨਿਕਲਣੀ ਦਾ ਫਰਕ ਹੁੰਦਾ ਤੇਲ ਲਵਾਇਆ ਨਹੀਂ ਤੂੰ ਅੱਜ ਚੌਥਾ ਦਿਨ ਹੁਣ ਮੈਂ ਸੈਟਰੀ ਕਰਾਏ ਹੁਣ ਤੇਲ ਲਵਾਉਣਾ ਹੋਣਾ ਹੁਣ ਉਹਨਾਂ ਕੋਲ ਫਰ ਦਵਾਈ ਕਿੱਥੋਂ ਲਵਾਂ ਕਿਹਦੇ ਕੋਲ ਖਾਵਾਂ ਕੋਈ ਇੰਨਾ ਇੰਚ ਵਾਲੀ ਦਵਾਈ ਵਧੀਆ ਸੀ ਸੋਚ ਲੈਂਦੋ ਹਾਂਜੀ
ਜਿੱਦਾਂ ਹਰ ਵਲੌਗ ਦੇ ਵਿੱਚ ਆਪਾਂ ਕੋਈ ਨਾ ਕੋਈ ਮੈਂ ਨਾ ਕੱਟਣੀ ਨਹੀਂ ਹੈਗੀ ਆ ਕਲਿੱਪ ਜਿਹੜਾ ਮੈਂ ਰੀਟੇਕ ਲਿਆਉਣਾ ਕਿਉਂਕਿ ਮੈਨੂੰ ਹੁੰਦਾ ਵਲੌਗ ਵੱਡਾ ਹੋ ਜਾਵੇ ਆਪਾਂ ਕੱਟਣਾ ਕਿਉਂ ਐਵੇਂ ਐਕਟਰ ਬਣੀ ਜਾਣਾ ਕਿ ਅਸੀਂ ਤਾਂ ਪਰਫੈਕਟ ਕੰਮ ਹੀ ਕਰੀਦੇ ਅਤੇ ਦੋ ਚਾਰ ਗੱਲਾਂ ਹੈ ਨਾ ਵੀ ਜਿਹੜੀਆਂ ਜ਼ਰੂਰੀ ਕਿਉਂਕਿ ਮੈਨੂੰ ਹਮੇਸ਼ਾ ਕਈ ਜਣੇ ਹੱਸਦਾ ਦੇਖ ਕੇ ਜਾਂ ਸਾਰੀਆਂ ਚੀਜ਼ਾਂ ਕਰਕੇ ਨਾ ਬੜਾ ਪੁੱਛਦੇ ਤੁਸੀਂ ਬੜੇ ਪੋਜ਼ੀਟਿਵ ਆ ਜਾਂ ਤੁਸੀਂ ਕਿੱਦਾਂ ਕਿੱਦਾਂ ਹੈ ਨਾ ਵੀ ਇੱਕ ਤਾਂ ਨਾ ਮੈਨੂੰ ਵਲੌਗ ਨਹੀਂ ਬਣਾਉਣ ਦਿੰਦੇ ਮੈਨੂੰ ਮੇਰਾ ਕੈਰੀਅਰ ਦੇ ਵਿੱਚ ਹੀ ਨਾ ਟੋਕ ਦਿੰਦੇ ਆ ਮੈਨੂੰ ਨਾ ਗਰੋਅ ਨਹੀਂ ਕਰਨ ਦੇ ਦਿੰਦੇ ਲੋਕੀ ਉਹ ਕੀ ਗੱਲ ਆ ਅੱਗ ਲੱਗ ਗਈ ਤੈਨੂੰ ਇੱਕੋ ਮਿੰਟ 'ਚ ਵਲੌਗਿੰਗ ਕਰਨ ਡਿਆ ਵਾਂ ਮੈਂ ਯਾਰ ਵਲੌਗਿੰਗ ਦਾ ਮੈਨੂੰ ਦੱਸਿਆ ਯਾਰ ਰਾਜੂ ਨੇ ਵਲੌਗਿੰਗ ਬਣਾਇਆ ਯਾਰ ਕਿੱਦਾਂ ਜਿਹੜਾ ਰਾਜੂ ਨੇ ਕੰਮ ਕੀਤਾ ਨਹੀਂ ਝੂਠ ਕਿਹਾ ਉਹਨੂੰ ਮੈਂ ਝੂਠ ਕਿਹਾ ਹਾਂ ਉਹਨੂੰ ਨਹੀਂ ਪਤਾ ਨਹੀਂ ਭਲਾ ਕੀ ਵੀਡੀਓ ਡਿਲੀਟ ਹੋ ਗਈ ਅੱਛਾ ਅੱਛਾ ਝੂਠ ਹੀ ਕਿਹਾ ਉਹਨੂੰ ਮੈਂ ਕਹਿੰਦਾ ਸੱਚੀ ਭਰਾ ਨਹੀਂ ਨਹੀਂ ਦੱਸ ਰਿਹਾ ਦੱਸਣੀ ਮੈਂ ਕਿਹਾ ਯਾਰ ਇਹਦਾ ਉੱਕਾ ਨਿਕਲ ਗਈ ਤੇ ਗੱਲਾਂ ਦੱਸਣ ਡਿਆ ਸੀਗਾ ਮੈਂ ਜਿੱਦਾਂ ਸਾਰੇ ਜਣੇ ਪੁੱਛਦੇ ਤੁਸੀਂ ਪੋਜ਼ੀਟਿਵ ਕਿੱਦਾਂ ਰਹਿੰਦੇ ਹੋ ਇੱਦਾਂ ਉੱਦਾਂ ਕਰਕੇ 23 ਸਾਲ ਮੇਰੀ ਉਮਰ ਹੋ ਗਈ ਪਿਛਲੇ 2 ਮਹੀਨੇ ਪਹਿਲਾਂ ਮੈਂ 23 ਸਾਲ ਦਾ ਹੋਇਆ ਠੀਕ ਹੈ 23 ਸਾਲ ਦੀ ਉਮਰ ਦੇ ਵਿੱਚ ਮੈਂ ਜੋ ਕੁਛ ਵੀ ਦੇਖਿਆ ਕੀਤਾ ਜੋ ਕੁਛ ਵੀ ਹੈ ਜਾਂ ਜੋ ਕੁਛ ਵੀ ਹੋਣ ਡਿਆ ਚੰਗਾ ਮਾੜਾ ਚਲੋ ਚੰਗਾ ਹੀ ਸਾਰਾ ਕੁਛ ਜੋ ਕੁਛ ਵੀ ਪਹਿਲਾਂ ਹੋਇਆ ਵੀ ਬਹੁਤ ਵਧੀਆ ਸੀ ਜਿਹਦੇ ਨਾਲ ਜਿੱਦਾਂ ਦਾ ਜੋ ਟਾਈਮ ਲੰਘ ਗਿਆ ਬਹੁਤ ਵਧੀਆ ਲੰਘਿਆ ਅੱਜ ਵੀ ਬਹੁਤ ਵਧੀਆ ਚੱਲਣ ਡਿਆ ਮਾਲਕ ਦੀ ਕਿਰਪਾ ਨਾਲ ਅੱਗੇ ਬਹੁਤ ਵਧੀਆ ਚੱਲੂਗਾ ਸਾਰਾ ਕੁਛ ਕਿਉਂਕਿ ਆਪਾਂ ਮਾੜਾ ਕਿਉਂ ਕਹਿਣਾ ਕਿਸੇ ਨੂੰ ਬਹੁਤ ਵਧੀਆ ਸੀ ਸਾਰਾ ਕੁਛ ਠੀਕ ਆ ਚਲੋ ਹੋ ਜਾਂਦਾ ਵਾ ਰੱਬ ਦੀ ਮਰਜ਼ੀ ਨਾਲ ਹੀ ਹੁੰਦਾ ਜੋ ਕੁਛ ਵੀ ਹੁੰਦਾ ਸਾਰਾ ਕੁਛ ਛੱਡੋ ਅਤੇ ਆਪਾਂ ਨੂੰ ਮੈਨੂੰ ਮੈਂ ਤੁਹਾਨੂੰ ਦੱਸਿਆ ਕਈ ਵਾਰੀ ਹੈ ਨਾ ਕਿ ਸਾਰਾ ਕੁਛ ਚੰਗੀ ਤਰ੍ਹਾਂ ਠੀਕ ਨਹੀਂ ਹੋਇਆ ਕਿਤੇ ਨਾ ਕਿਤੇ ਘੁੰਮ ਫਿਰ ਕੇ ਮੈਂ ਫਿਰ 2021-22 ਦੇ ਵਿੱਚ ਹੀ ਚੱਲ ਜਾਂਦਾ ਹੁੰਦਾ ਸੀਗਾ ਕਿ ਨਹੀਂ ਯਾਰ ਇੱਦਾਂ ਉੱਦਾਂ ਫਲਾਣਾ ਕਿਉਂ ਹੋਇਆ ਕਿੱਦਾਂ ਉੱਥੇ ਹੀ ਚੱਲ ਜਾਣਾ ਪਰ ਜਦੋਂ ਦਾ ਪਤਾ ਲੱਗਾ ਨਾ ਚੁਪਹਿਰੇ ਵਾਲੀਆਂ ਵੀਡੀਓਜ਼ ਦੇਖੀਆਂ ਹੈ ਨਾ ਉਹ ਤੋਂ ਪਤਾ ਲੱਗਾ ਆਪਾਂ ਜਾਣਾ ਸ਼ੁਰੂ ਕੀਤਾ ਹੁਣ ਮੇਰੇ ਹਿਸਾਬ ਨਾਲ 8-9 ਚੁਪਹਿਰੇ ਮੈਂ ਕੱਟ ਲਏ ਬੜੀ ਪੋਜ਼ੀਟਿਵਿਟੀ ਮਿਲੀ ਥੋੜ੍ਹਾ ਜਿਹਾ ਪਾਠ ਕਰਨਾ ਸ਼ੁਰੂ ਕੀਤਾ ਪਤਾ ਲੱਗਣਾ ਸ਼ੁਰੂ ਕੀਤਾ ਮੁੜ ਕੇ ਇੱਕੋ ਦਮ ਮੈਂ ਇੱਦਾਂ ਹੀ ਮੈਂ ਸਵਾਈਪ ਕਰਦੇ ਨੇ ਮੈਨੂੰ ਜਿੱਦਾਂ ਐਂ ਲੱਗਦੇ ਤਾਂ ਰੱਬ ਨੇ ਸਾਰੀਆਂ ਚੀਜ਼ਾਂ ਦਿਖਾਈਆਂ ਪਹਿਲਾਂ ਉੱਧਰ ਦਿਖਾਤਾ ਚੁਪਹਿਰੇ ਵੱਲੋਂ ਉੱਧਰ ਹੋ ਗਿਆ ਮੈਂ ਫਿਰ ਕਿਤਾਬਾਂ ਸ਼ੋ ਹੋਈਆਂ ਦਿਲ ਘਰ ਆਇਆ ਕਿਤਾਬ ਪੜ੍ਹਨ ਨੂੰ ਪਰ ਮੇਰੇ ਜਿਹੜੀ ਕਿਤਾਬ ਮੈਂ ਪੜ੍ਹਨੀ ਸੀਗੀ ਮੈਨੂੰ ਆਹ ਨਹੀਂ ਪਤਾ ਲੱਗਣ ਡਿਆ ਕਿ ਮੈਂ ਕਿਹੜੀ ਕਿਤਾਬ ਤੋਂ ਸ਼ੁਰੂ ਕਰਾਂ ਕਿ ਮੇਰਾ ਕਿਉਂਕਿ ਮੈਂ ਸਕੂਲ ਟਾਈਮ 'ਤੇ ਨਹੀਂ ਕਦੀ ਪੜ੍ਹਿਆ ਮੈਨੂੰ ਪੜ੍ਹਨਾ ਇੰਨਾ ਬੋਰ ਲੱਗਦਾ ਨਾ ਕਿ ਜੇ ਮੈਂ 2 ਲਾਈਨਾਂ ਪੜ੍ਹ ਲਈਆਂ ਮੈਨੂੰ ਸੁਸਤੀ ਪੈਣ ਲੱਗ ਪੈਂਦੀ ਹੁਣ ਮੈਂ ਹਿਸਾਬ ਲਾ ਲਓ 40-40 50-50 ਪੇਜ ਲਗਾਤਾਰ ਪੜ੍ਹ ਲੈਂਦਾ ਵਾਂ ਪਰ ਮੈਨੂੰ ਨੀਂਦ ਨਹੀਂ ਆਉਂਦੀ ਠੀਕ ਆ ਇੱਕ ਟਾਈਮ ਹੁੰਦਾ ਸੀ ਮੈਨੂੰ ਬਹਾਨਾ ਚਾਹੀਦਾ ਹੁੰਦਾ ਕਿ ਮੈਂ ਕਾਪੀ ਖੋਲ੍ਹ ਕੇ ਪੜ੍ਹਾਂ ਤਾਂ ਮੈਨੂੰ ਨੀਂਦ ਹੀ ਆਉਣ ਲੱਗ ਪੈਣੀ ਹੁਣ ਇੰਟਰਸਟ ਇੰਨਾ ਬਣ ਗਿਆ ਅਤੇ ਮੈਂ ਸਭ ਤੋਂ ਪਹਿਲਾਂ ਕਿਤਾਬ ਪੜ੍ਹੀ ਆਪਣੇ ਸਿੱਖ ਇਤਿਹਾਸ ਨੂੰ ਲੈ ਕੇ ਮਹਾਰਾਣੀ ਜਿੰਦਾ ਠੀਕ ਆ ਆਹ ਵਾਲੀ ਕਿਤਾਬ ਤੁਹਾਨੂੰ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਆ ਕਿਤਾਬ ਕਿ ਤੁਹਾਨੂੰ ਪਤਾ ਲੱਗੂਗਾ ਕਿ ਮਹਾਰਾਣੀ ਜਿੰਦਾ ਦਾ ਕੀ ਯੋਗਦਾਨ ਸੀਗਾ ਸਿੱਖ ਕੌਮ ਦੇ ਵਿੱਚ ਕੌਣ ਸੀਗੇ ਇਹ ਕੀ ਇਹਨਾਂ ਨੇ ਕੀਤਾ ਮਹਾਰਾਜਾ ਦਲੀਪ ਸਿੰਘ ਦੇ ਨਾਲ ਕੀ ਹੋਇਆ ਸੀਗਾ ਮਾਂ ਪੁੱਤ ਨੂੰ ਵੱਖ ਕਰ ਦਿੱਤਾ ਗਿਆ ਕਿਵੇਂ ਕਿੱਦਾਂ ਕਿਹੜੇ ਟਾਈਮ 'ਚ ਕਿੱਦਾਂ ਕਿੱਦਾਂ ਸਾਰਾ ਕੁਝ ਵਾਪਰਿਆ ਇੰਨੀ ਜ਼ਿਆਦਾ ਵਧੀਆ ਸਟੋਰੀ ਹੈ ਤੁਹਾਨੂੰ ਪੜ੍ਹਨੀ ਚਾਹੀਦੀ ਹੈ ਤੁਹਾਨੂੰ ਆਪਣੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਵਾ ਹਰ ਪੰਜਾਬੀ ਸਿੱਖ ਬੰਦੇ ਨੂੰ ਆਹ ਕਹਾਣੀ ਪੜ੍ਹਨੀ ਚਾਹੀਦੀ ਬਾਕੀਆਂ ਨੂੰ ਵੀ ਪੜ੍ਹਨੀ ਚਾਹੀਦੀ ਪਤਾ ਲੱਗਦਾ ਵਾ ਆਪਣੇ ਬੰਦੇ ਸਾਰੇ ਪੜ੍ਹਿਓ ਮਹਾਰਾਣੀ ਜਿੰਦਾ ਇਹਦੇ ਵਿੱਚ ਕਈ ਲਿਖਾਰੀਆਂ ਨੇ ਲਿਖੀ ਹੋਈ ਹੈ ਬੁੱਕ ਤੁਸੀਂ ਕੋਈ ਵੀ ਪੜ੍ਹ ਸਕਦੇ ਹਾਂ ਸੇਮ ਸਟੋਰੀ ਹੈ ਜੇ ਤੁਹਾਨੂੰ ਆਹ ਮਿਲ ਜਾਂਦੀ ਹੈ ਜਲੰਧਰੋਂ ਆ ਤੁਹਾਨੂੰ ਆਰਾਮ ਨਾਲ ਮਿਲ ਜੂਗੀ ਮਾਈ ਹੀਰਾ ਗੇਟ ਤੋਂ ਇਹ ਆਪਾਂ ਲਈ ਆ ਮਾਈ ਹੀਰਾ ਗੇਟ ਤੋਂ ਲਈ ਹੈ ਠੀਕ ਹੈ ਅਤੇ ਆਹ ਕਿਤਾਬ ਜ਼ਰੂਰ ਪੜ੍ਹਿਓ ਬਹੁਤ ਜ਼ਿਆਦਾ ਵਧੀਆ ਥੋੜ੍ਹੀ ਇਮੋਸ਼ਨਲ ਬਹੁਤ ਆ ਮੈਂ ਰਾਤ ਨੂੰ ਪੜ੍ਹਨ ਡਿਆ ਸੀ ਰੋਣ ਨੂੰ ਦਿਲ ਕਰਨ ਲੱਗ ਪਿਆ ਕਿਉਂਕਿ ਇੰਨੀ ਜ਼ਿਆਦਾ ਇਮੋਸ਼ਨਲ ਹੈ ਨਾ ਇੰਨਾ ਜ਼ਿਆਦਾ ਗਲਤ ਕੀਤਾ ਗਿਆ ਸਾਡੇ ਨਾਲ ਇਹ ਤੁਹਾਨੂੰ ਆਹ ਕਹਾਣੀ ਪੜ੍ਹ ਕੇ ਪਤਾ ਚੱਲੂਗਾ ਕਿਤਾਬਾਂ ਜ਼ਰੂਰ ਪੜ੍ਹਿਆ ਕਰੋ ਫਿਰ ਇੱਕ ਕਿਤਾਬ ਮੈਂ ਪੜ੍ਹੀ ਸੀਕਰੇਟ ਇਹ ਕਿਤਾਬ ਵੀ ਬਹੁਤ ਜ਼ਿਆਦਾ ਪੋਜ਼ੀਟਿਵ ਆ ਬਹੁਤ ਜ਼ਿਆਦਾ ਵਧੀਆ ਅਤੇ ਪੋਜ਼ੀਟਿਵ ਆ ਇਹ ਉੱਦਾਂ ਪਤਾ ਨਹੀਂ ਕਿਹੜੀ ਲੈਂਗੁਏਜ 'ਚ ਆ ਮੇਨ ਪਰ ਇਹ ਬੜੀਆਂ ਲੈਂਗੁਏਜਾਂ ਵਿੱਚ ਡੱਬ ਹੋਈ ਆ ਪੰਜਾਬੀ 'ਚ ਮੈਂ ਲੱਭੀ ਸੀਗੀ ਰਹੱਸੇ ਫਿਰ ਹੁਣ ਮੈਂ ਪੜ੍ਹਨ ਡਿਆ ਵਾਂ ਮੇਰਾ ਦਾਗਿਸਤਾਨ ਠੀਕ ਆ ਆਹ ਕਿਤਾਬ ਹਜੇ ਮੈਂ ਸੌਕ ਭਰਨੇ ਪੜ੍ਹੇ ਇਹਦੇ 2-3 ਦਿਨ ਹੋਏ ਸ਼ੁਰੂ ਕੀਤੀ ਨੂੰ ਇਹ ਕਿਤਾਬ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਮੇਰਾ ਦਾਗਿਸਤਾਨ ਕਿਤਾਬ ਵੀ ਪੜ੍ਹਨੀ ਚਾਹੀਦੀ ਆ ਇਸ ਤੋਂ ਬਾਅਦ ਫਿਰ ਮੈਂ ਪੜ੍ਹਨੀ ਆ ਬਾਬੇ ਨਾਨਕ ਦੀ ਹਿਸਟਰੀ ਸਾਰੀ ਉਹਨਾਂ ਦੇ ਉੱਤੇ ਵੀ ਕਿਤਾਬ ਲਿਖੀ ਆ ਇੱਕ ਉਹ ਵੀ ਮੈਂ ਸਾਰੀ ਪੜ੍ਹਨੀ ਆ ਫਿਰ ਮਹਾਰਾਜਾ ਰਣਜੀਤ ਸਿੰਘ 'ਤੇ ਪੜ੍ਹਨੀ ਆ ਸਿੱਖ ਇਤਿਹਾਸ ਕਦੋਂ ਆਇਆ ਕਦੋਂ ਗਿਆ ਇਹ ਵੀ ਕਿਤਾਬ ਹੈਗੀ ਇੱਕ ਉਹ ਵੀ ਪੜ੍ਹਨੀ ਆ ਸਾਰੀਆਂ ਕਿਤਾਬਾਂ ਪੜ੍ਹਨੀਆਂ ਆਪਾਂ ਨੂੰ ਸਾਰੀ ਹਿਸਟਰੀ ਬਾਰੇ ਪਤਾ ਲੱਗਦਾ ਇੱਕ ਇੰਟਰਸਟ ਬਣਦਾ ਵਾ ਆਪਾਂ ਚੀਜ਼ ਨੂੰ ਜਦੋਂ ਪੜ੍ਹਦੇ ਹਾਂ ਸਾਡੇ ਦਿਮਾਗ 'ਚ ਚੀਜ਼ਾਂ ਬਹਿ ਜਾਂਦੀਆਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੇਰਾ ਦਾਗਿਸਤਾਨ ਦੇ ਵਿੱਚ ਤੁਸੀਂ ਸੱਚੀ ਇੰਨਾ ਕੁਝ ਸਿੱਖੋਗੇ ਨਾ ਮੈਂ 100 ਪੰਨਿਆਂ 'ਚ ਇੰਨੀਆਂ ਚੀਜ਼ਾਂ ਪਤਾ ਲੱਗ ਗਈਆਂ ਕਿ ਜਿਹੜਾ ਆਪਣਾ ਆਪਣੀ ਕੌਮ ਹੁੰਦੀ ਹੈ ਜਾਂ ਆਪਣੀ ਮਾਂ ਬੋਲੀ ਹੁੰਦੀ ਹੈ ਜਾਂ ਆਪਣਾ ਮੁਲਕ ਹੁੰਦਾ ਵਾ ਆਪਣਾ ਪੰਜਾਬ ਆ ਜਿੱਦਾਂ ਠੀਕ ਆ ਇਹਨੂੰ ਛੱਡ ਕੇ ਕਦੀ ਵੀ ਆਪਾਂ ਨੂੰ ਕਿਤੇ ਜਾਣਾ ਨਹੀਂ ਚਾਹੀਦਾ ਆਪਣੀ ਮਾਂ ਬੋਲੀ ਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਨਾ ਹੀ ਕਦੀ ਪੰਜਾਬੀ ਬੋਲਣ 'ਚ ਸਾਨੂੰ ਕਿਤੇ ਵੀ ਸ਼ਰਮ ਕਰਨੀ ਚਾਹੀਦੀ ਫਿਰ ਭਾਵੇਂ ਉਹ ਗੋਰਿਆਂ ਦਾ ਸ਼ਹਿਰ ਆ ਫਿਰ ਭਾਵੇਂ ਉਹ ਕੋਈ ਬਹੁਤ ਵੱਡੀ
ਸਾਨੂੰ ਪੰਜਾਬੀ ਹੁੱਬ ਕੇ ਬੋਲਣੀ ਚਾਹੀਦੀ। ਅਗਲੇ ਨੂੰ ਸਮਝ ਲੱਗੇ ਨਾ ਲੱਗੇ ਉਹ ਤੁਹਾਨੂੰ ਕਹਿ ਦੂਗਾ ਅਨਪੜ੍ਹ, ਤੁਸੀਂ ਵੀ ਅਗਲੇ ਨੂੰ ਕਹਿ ਸਕਦੇ ਹਾਂ, ਕਿਉਂਕਿ ਜੇ ਸਾਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਉਹਨਾਂ ਨੂੰ ਕਿਹੜਾ ਪੰਜਾਬੀ ਆਉਂਦੀ ਹੈ, ਲੈਵਲ ਬਰਾਬਰ ਹੀ ਆਪਣਾ, ਠੀਕ ਹੈ। ਜੇ ਸਾਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਉਹਨਾਂ ਨੂੰ ਵੀ ਪੰਜਾਬੀ ਨਹੀਂ ਆਉਂਦੀ, ਸਿੱਧੀ ਜਿਹੜੀ ਗੱਲ ਹੈ। ਆਪਾਂ ਨੂੰ ਪੰਜਾਬੀ ਬੋਲਣੀ ਚਾਹੀਦੀ ਆ, ਜਿੱਥੇ ਤੁਸੀਂ ਚਾਹੋ ਉੱਥੇ ਬੋਲੋ, ਬਿਨਾਂ ਕਿਸੇ ਸ਼ਰਮ ਤੋਂ, ਬਿਨਾਂ ਕਿਸੇ ਡਰ ਤੋਂ ਕਿ ਯਾਰ ਕੀ ਸੋਚਣਗੇ ਨਾ। ਇਹ ਕਿਤਾਬ 'ਚੋਂ ਸਿੱਖਿਆ ਮੈਂ, ਠੀਕ ਆ। ਮੈਨੂੰ ਵੀ ਬੜਾ ਹੀ ਇੰਗਲਿਸ਼ ਪਰ ਨਹੀਂ, ਲੋੜ ਹੀ ਨਹੀਂ ਹੈਗੀ ਯਾਰ, ਆਪਣੀ ਪੰਜਾਬੀ ਸਭ ਤੋਂ ਵਧੀਆ, ਲੋਕ ਸਿੱਖਣ, ਠੀਕ ਆ। ਆਪਾਂ ਕਿਉਂ ਹੈ ਨਾ ਵੀ ਗੱਲ ਕਰੀਏ, ਜਿੰਨੀ ਕੁ ਨੋਨ ਦੀ ਇੰਨੀ ਕੁ ਬਥੇਰੀ ਇੰਗਲਿਸ਼ ਸਾਨੂੰ ਗੱਲ ਸਮਝਾ ਲਿਆ ਕਰਾਂਗੇ, ਪਰ ਆਪਣੀ ਬੋਲੀ ਤੋਂ ਕਦੀ ਸ਼ਰਮ ਨਹੀਂ ਖਾਣੀ। ਇਹ ਕਿਤਾਬ ਤੁਹਾਨੂੰ ਸਿਖਾਊਗੀ, ਹੋਰ ਵੀ ਬਹੁਤ ਕੁਝ ਦੱਸੂਗੀ ਤੁਹਾਨੂੰ ਤੁਹਾਡੇ ਕਲਚਰ ਬਾਰੇ, ਕਿੱਦਾਂ ਪੁਰਾਣੀਆਂ ਚੀਜ਼ਾਂ ਸਾਂਭੀਦੀਆਂ ਵਾਂ, ਕਿੱਦਾਂ ਕਿਹੜੀਆਂ ਕਿਹੜੀਆਂ ਚੀਜ਼ਾਂ। ਇਹ ਕਿਤਾਬ ਹੈਗੀ ਆ ਰਸੂਲ ਹਮਜਤੋਵ, ਬਹੁਤ ਵੱਡੇ ਰਾਈਟਰ ਰਹੇ ਆ ਦਾਗਿਸਤਾਨ ਦੇ, ਉਹਦਾ ਰਸ਼ੀਆ ਦੇ ਲਾਗੇ ਛਾਗੇ ਪੈ ਜਾਂਦਾ, ਜਾਂ ਰਸ਼ੀਆ 'ਚ ਹੀ ਆ ਸ਼ਾਇਦ, ਮੇਰਾ ਦਾਗਿਸਤਾਨ ਉਹਨਾਂ ਦਾ ਜਨਮ ਪਲੇਸ ਆ ਜਿੱਥੇ ਉਹ ਹੋਏ ਸੀਗੇ। ਬਹੁਤ ਗਰੀਬ ਪਰਿਵਾਰ ਤੋਂ, ਪਹਾੜੀ ਇਲਾਕੇ ਦੇ ਸੀਗੇ, ਉਹਨਾਂ ਨੇ ਸਾਰੀ ਕਹਾਣੀ ਲਿਖੀ, ਸਾਰਾ ਵਰਲਡ ਘੁੰਮਿਆ ਸੀ ਇਹਨਾਂ ਨੇ, ਫਿਰ ਆ ਕਿਤਾਬ ਲਿਖੀ ਸਾਰੀ। ਸਾਰੀ ਦੁਨੀਆ ਘੁੰਮਣ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਨਹੀਂ ਮੈਂ ਸਾਰੀ ਦੁਨੀਆ ਘੁੰਮੀ ਪਰ ਮੇਰਾ ਆਲ੍ਹਣਾ ਹੀ ਆ, ਮੇਰਾ ਘਰ, ਮੇਰੀ ਮਾਂ ਦਾ ਖਾਣਾ ਜਾਂ ਮੇਰੀਆਂ ਗਲੀਆਂ, ਉਹੀ ਸਾਰਾ ਕੁਛ ਆ। ਇਹ ਕਿਤਾਬ ਜ਼ਰੂਰ ਪੜ੍ਹਿਓ, ਸਭ ਤੋਂ ਪਹਿਲਾਂ ਪਰ ਸ਼ੁਰੂ ਕਰਿਓ ਮਹਾਰਾਣੀ ਜਿੰਦਾ ਤੋਂ। ਇਹ ਕਿਤਾਬ ਜ਼ਰੂਰ ਪੜ੍ਹਿਓ, ਸਿੱਖ ਇਤਿਹਾਸ ਦੀਆਂ ਸਾਰੀਆਂ ਕਿਤਾਬਾਂ ਤੁਹਾਨੂੰ ਔਨਲਾਈਨ ਫਲਿੱਪਕਾਰਟ ਜਾਂ ਐਮਾਜ਼ੋਨ ਤੋਂ ਮਿਲ ਜਾਣਗੀਆਂ। ਜ਼ਰੂਰ ਪੜ੍ਹਿਆ ਕਰੋ ਸਾਰੀਆਂ ਕਿਤਾਬਾਂ ਕਿ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਮਿਲੂਗੀ, ਠੀਕ ਆ, ਅਤੇ ਤੁਹਾਨੂੰ ਬਹੁਤ ਕੁਛ ਪਤਾ ਲੱਗੂਗਾ ਆਪਣੀਆਂ ਚੀਜ਼ਾਂ ਬਾਰੇ, ਆਪਣੀਆਂ ਪਿਛਲੇ ਜੋ ਕੁਛ ਵੀ ਸਿੱਖ ਇਤਿਹਾਸ ਵਿੱਚ ਹੋਇਆ, ਰਾਜ ਕਦੋਂ ਆਇਆ ਸੀ, ਸਾਡਾ ਕਦੋਂ ਗਿਆ ਸੀਗਾ, ਠੀਕ ਆ। ਫਿਰ ਬਾਬੇ ਨਾਨਕ ਦੀ ਸਾਰੀ ਕਿਤਾਬ ਪੜ੍ਹਿਓ ਕਿ ਕਿੱਦਾਂ ਕਿੱਦਾਂ ਕੀ ਹੋਇਆ, ਸਾਰਾ ਸੰਨ ਵਗੈਰਾ, ਟਾਈਮ ਵਗੈਰਾ ਸਾਰਾ ਕੁਝ ਲਿਖਿਆ ਹੁੰਦਾ ਉਹਦੇ ਵਿੱਚ, ਅਤੇ ਪੜ੍ਹਿਓ ਇੱਕ ਮੇਰੇ ਕਰਕੇ, ਠੀਕ ਆ। ਅਤੇ ਬਾਕੀ ਬਸ ਇੰਨਾ ਹੀ ਕਹਿਣਾ ਸੀਗਾ, ਅਤੇ ਘਰਦਿਆਂ ਨੇ ਵਾਹਵਾ ਜ਼ੋਰ ਲਾਇਆ ਉਹਦਾ ਵਿਆਹ ਨੂੰ ਇਸ ਵਾਰ, ਠੀਕ ਆ। ਇਸ ਵਾਰ ਪੱਕਾ ਮੈਨੂੰ ਲੱਗਦਾ ਜਨਵਰੀ ਫਰਵਰੀ ਦੇ ਵਿੱਚ ਗੇਮ ਪਾ ਦੇਣਗੇ, ਪਰ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਦੋ ਚਾਰ ਜਗ੍ਹਾ 'ਤੇ ਘੁੰਮ ਕੇ ਆਉਣਾ ਵਾ, ਅਤੇ ਬਸ ਇਸ ਮਹੀਨੇ ਦੇ ਵਿੱਚ ਤੁਹਾਨੂੰ ਦੱਸਦਾਂਗੇ ਫਾਈਨਲ ਕਰਕੇ ਜਦੋਂ ਵੀਜ਼ਾ ਲੱਗ ਗਿਆ। ਪਹਿਲਾਂ ਅਪਲਾਈ ਕਰਨ ਜਾਣਾ ਆਪਾਂ, ਜਿੱਦਣ ਅਪਲਾਈ ਕਰਾਂਗੇ ਉਦੋਂ ਤੁਹਾਨੂੰ ਦੱਸਾਂਗੇ, ਜਿੱਦਣ ਵੀਜ਼ਾ ਲੱਗ ਗਿਆ ਫਿਰ ਤੁਹਾਨੂੰ ਦੱਸਾਂਗੇ ਕਿਹੜੀ ਕੰਟਰੀ ਚੱਲੇ ਆ। ਕੰਟਰੀ ਚੱਲੇ ਵਧੀਆ, ਵਧੀਆ ਕੰਟਰੀ, ਵਧੀਆ ਸਭ ਵੀ ਵਧੀਆ, ਸੋਹਣੀ, ਖੂਬਸੂਰਤ, ਬਹੁਤ ਵੱਡੀ, ਸਭ ਤੋਂ ਵੱਡੀ ਕੰਟਰੀ ਉਹ ਉਹੀ ਆ, ਉਹੀ ਸਭ ਤੋਂ ਵੱਡੀ ਕੰਟਰੀ ਉਹ, ਕਈਆਂ ਨੂੰ ਪਤਾ ਲੱਗ ਹੀ ਗਿਆ ਹੋਣਾ, ਸਭ ਤੋਂ ਵੱਡੀ ਕੰਟਰੀ ਆਪਣੇ ਵਰਲਡ ਦੀ ਉਹੀ ਆ। ਅਤੇ ਬਸ ਚੱਲੇ ਹਾਂ ਘੁੰਮਣ ਫਿਰਨ, ਅਤੇ ਬਾਕੀ ਮਿਲਦੇ ਹਾਂ ਤੁਹਾਨੂੰ ਅਗਲੇ ਵਲੋਗ 'ਚ। ਤੁਹਾਨੂੰ ਵਲੋਗ ਵਧੀਆ ਲੱਗਾ ਹੋਇਆ ਤਾਂ ਚੈਨਲ ਕਰ ਲਿਓ ਸਬਸਕ੍ਰਾਈਬ, ਕਮੈਂਟ ਜ਼ਰੂਰ ਕਰ ਦਿਓ ਕਰੋ ਸਾਰੇ ਜਣੇ। ਬਾਏ ਬਾਏ, ਟੇਕ ਕੇਅਰ।